जी आयनू खुशामदीद। आज साढ़े नाल स्टूडियो विच ने खास मेहमान, खास इस करके ने क्योंकि एक रांझा है जिहड़ा डे एंड नाइट न्यूज़ दे रिपोर्टर नू अपनी हीर समझदा है, ते एक पासे उहनू सुधारन वाला पुलिस वाला भी है, ते नाल उहने उहनां सारिआं उत्ते नज़र रखण वाले डायरैक्टर साहब भी ने। घबराउण दी लोड़ नहीं क्योंकि साढ़े नाल फिल्म अज दे रांझे दी टीम है, मनमोहन सिंह जी, गुरप्रीत कुकी, गुरलीन चोपड़ा ते अमन तालीवाल। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਗੁਰਪ੍ਰੀਤ ਸਾਹਿਬ, ਬਾਰ ਬਾਰ ਅਸੀਂ ਪ੍ਰੋਮੋਜ਼ ਵਿੱਚ ਵੀ ਵੇਖ ਰਹੇ ਹਾਂ, ਮੈਂ ਫਿਲਮ ਪ੍ਰੀਮੀਅਰ ਤੇ ਵੀ ਵੇਖੀ ਹੈ, ਤੁਸੀਂ ਕਹਿ ਰਹੇ ਹੋ ਟੈਲੀਵਿਜ਼ਨ ਚੈਨਲ ਜਿਹੜੇ ਨਿਊਜ਼ ਚੈਨਲ ਵਾਲੇ ਹੁੰਦੇ ਤੁਹਾਨੂੰ ਬੜਾ ਡਰ ਲੱਗਦਾ, ਅੱਜ ਉਹਦੇ ਸਟੂਡੀਓ 'ਚ ਆ ਗਿਆ, ਕੋਈ ਖਾਸ ਡਰ ਤਾਂ ਨਹੀਂ ਲੱਗ ਰਿਹਾ? ਇੱਥੇ ਆ ਕੇ ਡਰ ਲੱਗ ਗਿਆ ਜੀ, ਕਿਉਂਕਿ ਅਸੀਂ ਸਾਡਾ ਫਿਲਮ ਦਾ ਆਈਡੀਆ ਵੀ ਇਹੀ ਹੈ ਕਿ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਮਿਲਦੇ ਨਹੀਂ ਨਾ, ਤੁਹਾਡੇ 'ਚ ਇੱਕ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ, ਉਹ ਡਰ ਉਦੋਂ ਦਾ ਕੀ ਹੁੰਦੇ ਨੇ, ਇੱਦਾਂ ਪੁਲਿਸ ਨੂੰ ਵੀ ਜਦੋਂ ਮਿਲਦੇ ਹੋ ਨਾ ਜਾਂ ਉਹਨਾਂ ਨੂੰ ਜਾਣਦੇ ਹੋ, ਫਿਰ ਡਰ ਲੱਥਦੇ ਤੁਹਾਡੇ। ਹੁਣ ਅੱਜ ਤੁਹਾਡੇ ਸਟੂਡੀਓ ਜਾ ਕੇ ਪਤਾ ਲੱਗਾ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਹੁੰਦੀ, ਇੱਦਾਂ ਹੀ ਥਾਣੇ ਜਾ ਕੇ ਵੀ ਭੁਲੇਖਾ ਨਿਕਲਦਾ, ਜਦੋਂ ਮੇਰੇ ਥਾਣੇ ਲੋਕ ਆਉਂਦੇ ਨੇ ਨਾ ਉੱਥੇ ਭੁਲੇਖਾ ਨਿਕਲਦਾ ਕਿ ਪੁਲਿਸ ਸਾਰੀ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ, ਚੰਗੀ ਵੀ ਹੁੰਦੀ ਹੈ, ਇਨਸਾਨ ਹੈ ਸਾਡੇ ਵਰਗੇ ਹੀ ਨੇ ਔਰ ਸਾਡੇ 'ਚ ਹੀ ਨੇ। ਤੁਸੀਂ ਤਾਂ ਪੁਲਿਸ ਨੂੰ ਇੱਕ ਨਵੀਂ ਭਾਸ਼ਾ ਸ਼੍ਰੀਮਾਨ ਜੀ ਵਾਲੀ ਸਿਖਾਤੀ ਹੈ, ਤੁਹਾਨੂੰ ਲੱਗਦਾ ਪੁਲਿਸ ਇਹਨੂੰ ਫਾਲੋ ਕਰੇਗੀ? ਵੇਖੋ ਸ਼੍ਰੀਮਾਨ ਜੀ, ਅਸੀਂ ਤਾਂ ਚਾਹੁੰਦੇ ਹਾਂ ਕਿ ਹੁਣ ਇਹ ਭਾਸ਼ਾ ਜਿਹੜੀ ਹੈ ਲਾਗੂ ਹੋਵੇ, ਜੇ ਪੁਲਿਸ ਨੇ ਲਾਗੂ ਕਰ ਲਈ ਥੱਲੇ ਤਾਂ ਫਿਰ ਆਪੇ ਹੀ ਲਾਗੂ ਹੋ ਜਾਣੀ, ਚਾਹੁੰਦੇ ਤਾਂ ਵੀ ਸਾਰਿਆਂ 'ਚ ਹੀ ਲਾਗੂ ਹੋਵੇ। ਚੰਗੀ ਗੱਲ ਹੈ ਜੇ ਰਿਕਸ਼ੇ ਵਾਲੇ ਨੂੰ ਵੀ ਪੁੱਛਿਆ ਜਾਵੇ ਕਿ ਸ਼੍ਰੀਮਾਨ ਜੀ ਬੱਸ ਸਟੈਂਡ ਤੱਕ ਜਾਓਗੇ, ਸਾਡੇ ਅੰਦਰ ਇੱਕ ਈਗੋ ਹੀ ਆ ਨਾ ਜਿਹੜੀ ਰਿਕਸ਼ੇ ਵਾਲਿਆਂ ਨੂੰ ਥੋੜਾ ਪਿਆਰ ਨਾਲ ਬੁਲਾਈਦਾ ਹੁੰਦਾ ਹੈ ਨਾ ਜੀ, ਪੁਲਿਸ ਵਾਲਿਆਂ ਨੂੰ ਵੀ ਤਾਂ ਇਹੀ ਈਗੋ ਹੀ ਹੈ ਵੀ ਜਿਹੜਾ ਸਾਡੇ ਕੋਲ ਥਾਣੇ ਆ ਗਿਆ ਉਹਨੂੰ ਕਾਹਦਾ ਪਿਆਰ ਨਾਲ ਬੁਲਾਉਣਾ, ਕੰਮ ਹੀ ਆਇਆ ਸਾਡੇ ਕੋਲ, ਕਿਸੇ ਛਿੱਤਰਾਂ ਤੋਂ ਡਰਦਾ ਆਇਆ ਜਾਂ ਕਿਤੇ ਬਾਹਰੋਂ ਮਾਰ ਖਾ ਗਿਆ ਜਾਂ ਇਹਨੂੰ ਸਾਡੀ ਲੋੜ ਹੈ, ਇਹਨੂੰ ਕਿਉਂ ਸ਼੍ਰੀਮਾਨ ਜੀ ਕਹਿਣਾ? ਉਹ ਜਿਹੜੀ ਈਗੋ ਇੱਕ ਖਾਮਖਾਰੀ ਸਾਡੇ ਅੰਦਰ, ਅਸੀਂ ਆਪ ਇੱਕ ਥਾਟ ਬਣਾਇਆ ਹੋਇਆ, ਜਿੱਦਾਂ ਜੇ ਮੂੰਗਫਲੀ ਵਾਲਿਆਂ ਨੂੰ ਪੁੱਛ ਲਿਆ ਕਿ ਸ਼੍ਰੀਮਾਨ ਜੀ ਕੀ ਭਾਅ ਲਾਇਆ ਜੇ, ਤੇ ਕੋਈ ਸ਼ਰਮ ਵਾਲੀ ਗੱਲ ਥੋੜ੍ਹਾ ਜੀ, ਉਹ ਇੱਕ ਇਹੀ ਚੀਜ਼ਾਂ ਕਲੀਅਰ ਕਰਦੀ ਹੈ ਸਾਡੀ ਫਿਲਮ ਅੱਜ ਦੇ ਰਾਂਝੇ। ਮਾਂਜੀ, ਤੁਸੀਂ ਇਸ ਫਿਲਮ ਦੇ ਸਾਰਥੀ ਹੋ, ਡਾਇਰੈਕਟਰ ਹੋ, ਇਸ ਫਿਲਮ ਨੂੰ ਤੁਸੀਂ ਸ਼ੁਰੂ ਤੋਂ ਦੇਖਿਆ ਇੱਕ ਨਵੇਂ ਕਨਸੈਪਟ ਨਾਲ, ਕਿਉਂਕਿ ਤੁਹਾਡੀ ਜਿਹੜੀ ਫਿਲਮ ਪਿਛਲੀਆਂ ਫਿਲਮਾਂ ਅਸੀਂ ਵੇਖਿਆ, ਕਾਲਜ ਦੇ ਕਨਸੈਪਟ ਨੂੰ ਤੁਸੀਂ ਛੇੜਿਆ, NRI ਦੇ ਮੁੱਦੇ ਤੁਸੀਂ ਸਾਹਮਣੇ ਲੈ ਕੇ ਆਏ, ਫੈਮਿਲੀ ਡਰਾਮਾ ਤੁਸੀਂ ਪੇਸ਼ ਕੀਤਾ, ਪਰ ਇਸ ਫਿਲਮ ਦੇ ਜ਼ਰੀਏ ਇੱਕ ਸਟਾਇਰ ਹੈ, ਇੱਕ ਵਿਅੰਗ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਨਹੀਂ, ਬੈਕਗ੍ਰਾਉਂਡ ਇਸ ਫਿਲਮ ਦਾ ਪੁਲਿਸ ਦੇ ਉੱਤੇ ਹੈ, ਲੇਕਿਨ ਉੱਤੇ ਬਹੁਤ ਸਾਰੀਆਂ ਤਹਿਾਂ ਨੇ ਇਹਦੀਆਂ। ਬੇਸਿਕਲੀ ਜੇ ਕਾਂ ਤੇ ਦੋ ਪੇਅਰਸ ਦੀ ਕਹਾਣੀ ਹੈ, ਇਹ ਦੋ ਲਵ ਸਟੋਰੀਜ਼ ਦੇ ਜੋ ਪੈਰਲਲ ਚੱਲ ਰਹੀਆਂ, ਇੱਕ ਤਾਂ ਇੱਕ ਉਹ ਮੁੰਡਾ ਜਿਹੜਾ ਤੁਰਿਆ ਫਿਰਦਾ, ਉਹਨੂੰ ਇੱਕ ਕੁੜੀ ਪਸੰਦ ਆਈ, ਉਹਦੇ ਪਿੱਛੇ ਆ, ਉਹਨੂੰ ਉਹਦਾ ਦਿਲ ਜਿੱਤਣਾ ਚਾਹੁੰਦਾ, ਉਹ ਦੂਸਰੇ ਪਾਸੇ ਇੱਕ ਥਾਣੇਦਾਰ ਹੈ, ਥਾਣੇਦਾਰ ਨੂੰ ਇੱਕ ਬਾਹਰੋਂ ਵਾਲੀ ਲੜਕੀ ਨਾਲ ਪਿਆਰ ਹੈ ਅਤੇ ਉਹਦਾ ਦਿਲ ਜਿੱਤਣਾ ਚਾਹੁੰਦਾ। ਸੋ ਇਹ ਦੋ ਪੈਰਲਲ ਸਟੋਰੀਜ਼ ਨੇ ਜਿਹੜੀਆਂ ਐਕਚੁਅਲੀ ਚੱਲ ਰਹੀਆਂ ਨੇ। ਹਾਂ, ਇਸਦਾ ਜਿਹੜਾ ਬੈਕਡ੍ਰੌਪ ਹੈ ਉਹ ਪੁਲਿਸ ਦਾ ਹੈ, ਚੋਰ ਪੁਲਿਸ ਦੇ ਵਿੱਚ ਰਹਿੰਦਿਆਂ ਹੋਇਆਂ ਨੈਚੁਰਲੀ ਉਸਦਾ ਜਿਹੜਾ ਵਰਕਿੰਗ ਹੈ, ਜੋ ਸਿਸਟਮ ਹੈ, ਉਹਦੀ ਜ਼ਰੂਰ ਗੱਲ ਕਰਾਂਗੇ ਅਸੀਂ। ਤੁਹਾਨੂੰ ਇੰਨੇ ਸਾਰੇ ਕਿਰਦਾਰ ਨੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਕਿਹੜਾ ਕਿਰਦਾਰ ਤੁਹਾਡੇ ਹਿਸਾਬ ਨਾਲ ਬਤੌਰ ਡਾਇਰੈਕਟਰ ਬੜਾ ਮੁਸ਼ਕਿਲ ਕਿਰਦਾਰ ਸੀ? ਮੇਰੇ ਖਿਆਲ ਵਿੱਚ ਸਭ ਤੋਂ ਮੁਸ਼ਕਿਲ ਕਿਰਦਾਰ ਜਿਹੜਾ ਸੀ ਉਹ ਇੰਸਪੈਕਟਰ ਸੀ, ਜਾਂ ਗੁਰਪ੍ਰੀਤ ਘੁੱਗੀ ਨੇ ਪਲੇ ਕੀਤਾ, ਉਹ ਇਸ ਕਰਕੇ ਕਿ ਇੱਕ ਕੈਰੈਕਟਰ ਸਿਰਫ ਇੱਕ ਕਾਮੇਡੀਅਨ ਨਹੀਂ ਹੈ, ਇੱਕ ਨੈਸ਼ਨਲ ਲੈਵਲ ਦਾ ਹਾਕੀ ਪਲੇਅਰ ਹੈ ਜਿਸ ਨੂੰ ਪੁਲਿਸ ਦੇ ਵਿੱਚ ਇੰਸਪੈਕਟਰੀ ਮਿਲੀ ਹੈ, ਔਰ ਉਸਨੇ ਆਪਣਾ ਰੁਤਬਾ ਬਰਕਰਾਰ ਰੱਖਦੇ ਹੋਏ, ਇੱਕ ਇੰਸਪੈਕਟਰ ਦਾ ਰੁਤਬਾ ਬਰਕਰਾਰ ਰੱਖਦੇ ਹੋਏ, ਇੱਕ ਨੈਸ਼ਨਲ ਹਾਕੀ ਪਲੇਅਰ ਦਾ ਰੁਤਬਾ ਬਰਕਰਾਰ ਰੱਖਦੇ ਹੋਏ ਉਹਦੇ ਵਿੱਚੋਂ ਹਿਊਮਰ ਲੈ ਕੇ ਆਉਣਾ, ਔਰ ਐਕਸ਼ਨ ਵੀ ਹੈ, ਪੁਲਿਸ ਦੀ ਬੈਕਗ੍ਰਾਉਂਡ 'ਤੇ ਹੈ, ਸੋ ਇਹਨੇ, ਔਰ ਰੋਮਾਂਸ ਵੀ ਹੈ, ਇਹ ਪਹਿਲੀ ਵਾਰੀ ਹੈ ਕਿ ਮਤਲਬ ਕਿੰਮੀ ਵਰਮਾ ਜਿਹੜੀ ਆਪੋਜ਼ਿਟ ਕੰਮ ਕਰ ਰਹੀ ਹੈ ਉਹਦੇ ਨਾਲ ਰੋਮਾਂਸ ਵੀ ਹੈ, ਸੋ ਇੰਨੇ ਸਾਰੇ ਸ਼ੇਡ ਜਿਹੜੇ ਨੇ ਇੱਕ ਕਰੈਕਟਰ 'ਚ ਲਿਆ ਕੇ ਨਿਭਾਉਣੇ, ਮੇਰੇ ਖਿਆਲ ਬਹੁਤ ਮੁਸ਼ਕਿਲ ਸੀ, ਜੋ ਕਿ ਗੁਰਪ੍ਰੀਤ ਸਿੰਘ ਨੇ ਬਹੁਤ ਵਧੀਆ ਨਿਭਾਇਆ। ਮਤਲਬ ਕਿ ਫਿਰਕੀ ਬਾਰੇ ਤੁਹਾਨੂੰ ਬਹੁਤ ਫਿਕਰ ਸੀ ਕਿ ਕਿੱਦਾਂ ਦਾ ਕਿਰਦਾਰ ਨਿਕਲੇਗਾ? ਨਹੀਂ, ਮੈਨੂੰ ਪਤਾ ਸੀ ਕਿ ਇਹਨੇ ਕਰ ਲੈਣਾ, ਬਿਕੋਜ਼ ਹੀ ਇਜ਼ ਦਾ ਵਨ ਐਕਟਰ ਜਿਹੜਾ ਇੰਨੇ ਸ਼ੇਡਸ ਨੇ, ਕਿਉਂਕਿ ਪਹਿਲਾਂ ਇੰਨੇ ਸ਼ੇਡਸ ਕਰ ਚੁੱਕਿਆ ਹੈ, ਸੋ ਇਹਦੇ 'ਚ ਕੋਈ ਡਾਊਟ ਨਹੀਂ ਸੀ ਕਿ ਖੂਬਸੂਰਤ ਨਿਭਾਏਗਾ। ਮੇਰੇ ਖਿਆਲ 'ਚ ਗੁਰਪ੍ਰੀਤ ਦਾ, ਮੇਰੇ ਖਿਆਲ ਨਾਲ ਮੇਰੀਆਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਨੇ ਸਭ ਤੋਂ ਵਧੀਆ ਕਿਰਦਾਰ ਹੈ। ਅਮਨ, ਤੁਹਾਡਾ ਡੈਬਿਊ ਹੋਇਆ ਇਸ ਫਿਲਮ ਦਾ ਬਤੌਰ ਲੀਡ ਐਕਟਰ ਜੇ ਮੰਨਿਆ ਜਾਏ, ਤੁਹਾਨੂੰ ਲੱਗਦਾ ਦਿਸ ਇਜ਼ ਯੂਅਰ ਐਪਟ ਡੈਬਿਊ? ਜੀ ਬਿਲਕੁਲ, ਮੇਰੇ ਲਈ ਤਾਂ ਐਕਟਿੰਗ ਸਕੂਲ ਵੀ ਸਰਦਾਰ ਮਨਮੋਹਨ ਸਿੰਘ ਨੇ, ਕਿਉਂਕਿ ਮੈਂ ਜੋ ਵੀ ਕੀਤਾ ਸੀਗਾ ਉਹਦੇ ਵਿੱਚ ਡਾਇਰੈਕਸ਼ਨ ਨਹੀਂ ਸੀਗੀ, ਮੈਨੂੰ ਲੱਗਦਾ ਸੀ ਮੈਂ ਇਹ ਕਰਾਂ ਉਹ ਕਰਾਂ ਉਹ ਕਰਾਂ, ਪਰ ਜਦੋਂ ਇੱਕ ਕੁੜੀ ਪੰਜਾਬ ਦੀ ਕੀਤੀ, ਉਸ ਤੋਂ ਬਾਅਦ ਇੱਕ ਮੇਰਾ ਮਾਰਗਦਰਸ਼ਨ ਇਹਨਾਂ ਨੇ ਕੀਤਾ, ਗੁਰੂ ਬਿਨਾਂ ਗਤ ਨਹੀਂ ਸ਼ਾਹ ਬਿਨਾਂ ਪਤ ਨਹੀਂ, ਸੋ ਇੱਕ ਜੋ ਗੁਰੂ ਜੀ ਨੇ ਕਿਹਾ ਮੈਨੂੰ ਪ੍ਰੋਪਰ, ਇਹਨਾਂ ਨੇ ਮੈਨੂੰ ਐਕਟਿੰਗ ਨੂੰ ਗਰੂਮ ਕੀਤਾ, ਟੋਟਲੀ ਚੇਂਜ ਇਹਨਾਂ ਨੇ ਲੁੱਕ ਵੀ ਚੇਂਜ ਕੀਤੀ ਫਿਲਮ ਦੇ ਵਿੱਚ, ਸੋ ਤੁਸੀਂ ਦੇਖੋਗੇ ਕਿ ਹਰ ਇੱਕ ਚੇਂਜ ਟੋਟਲੀ ਚੇਂਜ ਆ, ਜਿਹੜਾ ਇੱਕ ਮੇਰੇ ਲਈ ਇੱਕ ਪੈਰਾਮੀਟਰ ਸੀਗੇ, ਲੋਕੀ ਕਹਿੰਦੇ ਸੀ ਇੱਦਾਂ ਇੱਦਾਂ, ਉਹ ਹਰ ਇੱਕ ਚੀਜ਼ ਕਲੀਅਰ ਹੋ ਜਾਏਗੀ ਕਿਉਂਕਿ ਹੁਣ ਮੁੱਠੀ ਖੁੱਲ ਚੁੱਕੀ ਆ, ਸੋ ਸਭ ਕੁਝ ਤੁਹਾਡੇ ਸਾਹਮਣੇ ਆ ਤੇ ਵਿਸ਼ ਕਰਦੇ ਆ ਕਿ ਲੋਕ ਇਹ ਕਹਿੰਦੇ ਚੇਂਜ ਇਜ਼ ਆਲਵੇਜ਼ ਫਾਰ ਗੁੱਡ, ਤੁਹਾਡੇ ਹਿਸਾਬ ਨਾਲ ਇਹ ਚੀਜ਼ ਟੁਕਵੀ ਹੈ
ਜਦੋਂ ਤੁਹਾਡੇ ਕਿਰਦਾਰ ਦੀ ਗੱਲ ਹੁੰਦੀ ਹੈ ਤੇ ਜੀ ਬਿਲਕੁਲ ਮੈਨੂੰ ਨਹੀਂ ਸੀ ਕਿਉਂਕਿ ਖੁਦ ਨੂੰ ਨਹੀਂ ਪਤਾ ਲੱਗਦਾ ਪਰ ਸਰਦਾਰ ਮਨਮੋਹਨ ਸਿੰਘ ਨੂੰ ਪਤਾ ਸੀਗਾ ਵੀ ਇਸ ਤਰ੍ਹਾਂ ਕੰਮ ਕਰਵਾਉਣਾ ਇਹਨਾਂ ਤੋਂ ਇਸ ਤਰੀਕੇ ਨਾਲ ਕੰਮ ਕਰਵਾਉਣਾ ਸੋ ਬਾਖੂਬੀ ਗੁਰਲੀਨ ਪ੍ਰੈਸ ਰਿਪੋਰਟਰ ਕਮ ਐਂਕਰ ਇਸ ਫਿਲਮ ਵਿੱਚ ਉਹ ਵੀ ਡੇ ਐਂਡ ਨਾਈਟ ਨਿਊਜ਼ ਦੇ ਤੁਸੀਂ ਬਣੇ ਹੋ ਪ੍ਰੈਸ ਨੂੰ ਫੇਸ ਕਰਨਾ ਜ਼ਿਆਦਾ ਆਸਾਨ ਹੈ ਕਿ ਪ੍ਰੈਸ ਰਿਪੋਰਟਰ ਬਣਨਾ ਜ਼ਿਆਦਾ ਆਸਾਨ ਹੈ ਦੋਨੋਂ ਹੀ ਵਧੀਆ ਆਈ ਥਿੰਕ ਇੱਕ ਐਕਟਰ ਲਈ ਕੋਈ ਵੀ ਅੱਛੇ ਐਕਟਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਰੋਲ ਦਿੱਤਾ ਜਾਵੇ ਤੁਸੀਂ ਪ੍ਰੋਪਰ ਉਸ ਕੈਰੈਕਟਰ ਵਿੱਚ ਉਤਰੋ ਪ੍ਰੈਸ ਨੂੰ ਤਾਂ ਅਸੀਂ ਆਲਵੇਜ਼ ਮਿਲਦੇ ਹਾਂ ਬਟ ਪ੍ਰੈਸ ਰਿਪੋਰਟਰ ਦਾ ਰੋਲ ਪਲੇ ਕਰਨਾ ਥੋੜ੍ਹਾ ਡਿਫੀਕਲਟ ਸੀਗਾ ਬਿਕੋਜ਼ ਮੈਂ ਕਦੇ ਨਹੀਂ ਸੀ ਲਾਈਫ 'ਚ ਪਹਿਲਾਂ ਪਲੇ ਕੀਤਾ ਔਰ ਚੈਲੇਂਜਿੰਗ ਕਾਫੀ ਸੀਗਾ ਜੋ ਸ਼ਬਦਾਵਲੀ ਯੂਜ਼ ਕੀਤੀ ਜਿਹੋ ਜਿਹੇ ਡਾਇਲੋਗਸ ਬੋਲੇ ਹੈ ਬਟ ਮਾਨ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਕਰਾਇਆ ਡਬਿੰਗ 'ਚ ਦਰਸ਼ਨ ਦਰਵੇਸ਼ ਜੀ ਨੇ ਬੜੀ ਹੈਲਪ ਕੀਤੀ ਰਾਣਾ ਰਣਵੀਰ ਜੀ ਨੇ ਬਹੁਤ ਖੂਬਸੂਰਤ ਡਾਇਲੋਗਸ ਲਿਖੇ ਡਿਫਰੈਂਟ ਕਰਨ ਨੂੰ ਮਿਲਿਆ ਔਰ ਲੱਗਾ ਕਿ ਨਹੀਂ ਯੈਸ ਤੁਸੀਂ ਡੇ ਐਂਡ ਨਾਈਟ ਦਾ ਮਾਈਕ ਕਾਫੀ ਜ਼ੋਰ ਨਾਲ ਫੜਿਆ ਤੇ ਜ਼ੋਰਦਾਰ ਤਰੀਕੇ ਨਾਲ ਬੋਲੇ ਵੀ ਮੈਨੂੰ ਲੱਗਦਾ ਕਿਤੇ ਆਏ ਤੇ ਨਹੀਂ ਸੁਪਨੇ 'ਚ ਵੀ ਮਾਈਕ ਫੜ ਕੇ ਤੁਸੀਂ ਪੀਸ ਟੂ ਕੈਮਰਾ ਹੀ ਦੇ ਰਹੇ ਸੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ ਕਿਉਂਕਿ ਸ਼ਾਇਦ ਤੁਸੀਂ ਬੜੇ ਪ੍ਰੋਪਰ ਤਰੀਕੇ ਨਾਲ ਨੋਟਿਸ ਕੀਤਾ ਮੈਂ ਉਹਨੂੰ ਇੰਨੇ ਘੁੱਟ ਕੇ ਫੜਦੀ ਸੀ ਕਿਉਂਕਿ ਮੇਰੀ ਪੂਰੀ એનર્ਜੀ ਨਾਲ ਮੈਂ ਬੋਲਨੇ ਹੁੰਦੇ ਸੀ ਡਾਇਲੋਗ ਔਰ ਮੈਂ ਚਾਹੁੰਦੀ ਸੀ ਕਿ ਮੈਂ ਪੂਰੀ ਬੈਸਟ એનર્ਜੀ ਦਵਾਂ ਆਪਣੀ ਉਹ એનર્ਜੀ ਵੇਖਣਾ ਚਾਹਾਂਗਾ ਇੱਕ ਵਾਰ ਮੈਂ ਦੇਖਿਆ ਤੁਸੀਂ ਉਹੀ ਬੰਸਰੀ ਉਹੀ ਰਾਗ ਉਹੀ ਰਟਿਆ ਰਟਾਇਆ ਜਵਾਬ ਪਰ ਅਸੀਂ ਸੱਚ ਸਾਹਮਣੇ ਲਿਆ ਕੇ ਹਟਾਂਗੇ ਕੈਮਰਾਮੈਨ ਪ੍ਰਿੰਸ ਦੇ ਨਾਲ ਕ੍ਰਾਂਤੀ ਕਿਰਨ ਐਂਡ ਗੁਰਲੀਨ ਚੋਪੜਾ ਡੇ ਐਂਡ ਨਾਈਟ ਨਿਊਜ਼ ਚੰਡੀਗੜ੍ਹ ਕੀ ਬਾਤ ਹੈ ਤੇ ਗੁਰਪ੍ਰੀਤ ਤੁਸੀਂ ਇਸ ਫਿਲਮ ਦੇ ਅੰਦਰ ਜਿਹੜੇ ਸਪੋਰਟਸ ਕੋਟੇ ਚ ਪਰਤੇ ਇੱਕ ਥਾਣੇਦਾਰ ਦਾ ਕਿਰਦਾਰ ਤੁਸੀਂ ਕਰ ਰਹੇ ਹੋ ਤੁਹਾਡੇ ਦੋਵੇਂ ਭਰਾ ਪੁਲਿਸ ਤੇ ਨੇ ਪੁਲਿਸ ਤੇ ਤਵਾ ਵੀ ਲਾਇਆ ਤੁਸੀਂ ਛੁੱਟੀ ਤੇ ਨਹੀਂ ਆ ਜਾਏਗੀ ਤਾਂ ਨਹੀਂ ਜੀ ਮੈਨੂੰ ਤਾਂ ਭਰਾ ਸੁਧਰ ਜਾਣਗੇ ਉਹਨਾਂ ਨੇ ਤੁਹਾਨੂੰ ਆਂਦਿਆ ਕਰ ਕਿਹਾ ਨੀ ਸ਼੍ਰੀਮਾਨ ਜੀ ਆ ਜਾਓ ਅੰਦਰ ਉਹੀ ਮੈਂ ਕਹਿ ਰਿਹਾ ਭਰਾ ਸੁਧਰ ਜਾਣਗੇ ਉਹ ਅੱਗੇ ਨੂੰ ਸ਼੍ਰੀਮਾਨ ਜੀ ਕਹਿਣਾ ਸ਼ੁਰੂ ਕਰ ਦੇਣਗੇ ਗੱਲ ਇਹ ਜੀ ਕਿ ਮੈਨੂੰ ਤਾਂ ਹੀ ਇਸ ਚੀਜ਼ ਨੇ ਮੈਨੂੰ ਬੜਾ ਸਪੋਰਟ ਕੀਤਾ ਕਿ ਜਿਹੜੇ ਮੇਰੇ ਦੋਵੇਂ ਬ੍ਰਦਰ ਆਲਰੇਡੀ ਪੁਲਿਸ 'ਚ ਜੋਬ ਕਰਦੇ ਨੇ ਔਰ ਫੋਰਚੁਨੇਟਲੀ ਜੇ ਮੈਂ ਇੰਸਪੈਕਟਰ ਦਾ ਕਰੈਕਟਰ 'ਚ ਕਰ ਰਿਹਾ ਦੋਵੇਂ ਇੰਸਪੈਕਟਰ ਰੈਂਕ ਤੇ ਨੇ ਦੋਵੇਂ 3 ਸਟਾਰ ਨੇ ਤੇ ਉਹ ਮੈਂ ਕਾਫੀ ਚੀਜ਼ਾਂ ਜਿਹੜੀਆਂ ਮੈਂ ਉਹਨਾਂ ਦੇ ਵਿੱਚੋਂ ਵੀ ਨੋਟ ਕਰਦਾ ਸੀ ਕਿਉਂਕਿ ਉਹਨਾਂ ਦਾ ਜਿੱਦਾਂ ਜਿੱਦਾਂ ਤੁਹਾਡਾ ਰੈਂਕ ਹੁੰਦਾ ਨਾ ਉਸ ਤਰ੍ਹਾਂ ਤੁਹਾਡਾ ਬਿਹੇਵੀਅਰ ਹੋ ਜਾਂਦਾ ਔਰ ਤੁਹਾਡਾ ਯੂਨੀਫਾਰਮ ਪਾਉਣ ਦਾ ਸਟਾਈਲ ਯੂਨੀਫਾਰਮ ਪਾਉਣ ਤੋਂ ਪਹਿਲਾਂ ਤੁਸੀਂ ਕਿੱਦਾਂ ਦੇ ਹੁੰਦੇ ਯੂਨੀਫਾਰਮ ਪਾ ਕੇ ਤੁਹਾਡੇ 'ਚ ਕੀ ਸਾਈਡਨ ਚੇਂਜਿਸ ਆਉਂਦੀਆਂ ਉਹ ਸਾਰੀਆਂ ਚੀਜ਼ਾਂ ਮੈਂ ਨੋਟਿਸ ਕਰਦਾ ਸੀ ਘਰੋਂ ਹੀ ਫਿਰ ਉਹਨਾਂ ਦੀ ਲੈਂਗੁਏਜ ਵਰਦੀ ਪਾ ਕੇ ਕਿੱਦਾਂ ਦੀ ਹੁੰਦੀ ਵਰਦੀ ਤੋਂ ਪਹਿਲਾਂ ਜਦੋਂ ਘਰ ਜਦੋਂ ਧਨੀਆ ਲੈਣ ਜਾਣਾ ਉਦੋਂ ਕਿੱਦਾਂ ਦੇ ਹੁੰਦੇ ਨੇ ਤੇ ਜਦੋਂ ਗਨਮੈਨ ਨੂੰ ਕਹਿੰਦਾ ਚਲੋ ਗੱਡੀ ਕੱਢੋ ਉਦੋਂ ਕਿੱਦਾਂ ਦੇ ਹੁੰਦੇ ਨੇ ਸੋ ਉਹ ਜਿਹੜੀਆਂ ਚੀਜ਼ਾਂ ਸੀ ਨਾ ਜਿਹੜੇ ਚੇਂਜ ਓਵਰ ਸੀ ਮੈਂ ਆਲਰੇਡੀ ਨੋਟਿਸ ਕੀਤੇ ਹੋਏ ਸੀ ਮੈਨੂੰ ਬੜੀ ਹੈਲਪ ਕੀਤੀ ਉਹਨਾਂ ਨੇ ਮਤਲਬ ਘਰ ਜਾ ਕੇ ਤੁਹਾਨੂੰ ਇਸ ਤਰ੍ਹਾਂ ਲੱਗਿਆ ਜਦੋਂ ਟੇਬਲ ਤੇ ਰੋਟੀ ਮੰਗਾ ਰਹੇ ਹੋ ਤੇ ਉਹ ਰੋਟੀ ਲੈ ਗਿਆ ਇਹੋ ਜਿਹਾ ਕੜਕ ਸੁਭਾਅ ਨਹੀਂ ਸੀ ਨਹੀਂ ਉਹ ਕੜਕ ਜਿਹੜੀ ਕੜਕਤਾ ਉਹੀ ਕੱਢਣੀ ਸੀ ਆਪਾਂ ਸਾਡੀ ਫਿਲਮ ਦਾ ਮਕਸਦ ਹੀ ਇਹੀ ਹੈ ਕਿ ਪੰਜਾਬੀ ਮੜਕ ਨਾਲ ਜਿਉਣ ਤੇ ਚੰਗੇ ਲੱਗਦੇ ਨੇ ਕੜਕ ਜਦੋਂ ਅਸੀਂ ਹੋ ਜਾਂਦੇ ਨੇ ਫਿਰ ਕਿਤੇ ਨਾ ਕਿਤੇ ਸਾਡੇ ਅੰਦਰੋਂ ਪੰਜਾਬੀਅਤ ਵੀ ਮਨਫੀ ਹੋ ਜਾਂਦੀ ਮੜਕ ਜਿਹੜੀ ਹੈ ਉਹ ਜ਼ਰੂਰੀ ਹੈ ਸੋ ਇਹਦੇ 'ਚ ਮੜਕ ਪੂਰੀ ਰੱਖੀ ਹੈ ਪਰ ਕੜਕ ਜਿਹੜਾ ਸੁਭਾਅ ਹੈ ਉਹਨੂੰ ਥੋੜ੍ਹਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਪੁਲਿਸਿੰਗ ਦੇ ਉੱਤੇ ਜ਼ਰੂਰ ਇਫੈਕਟ ਪਏਗਾ ਥੋੜੀ ਸੌਫਟਨੈਸ ਆਏਗੀ ਪੁਲਿਸਿੰਗ ਦੇ ਵਿੱਚ ਵੀ ਅਮਨ ਮੈਨੂੰ ਯਾਦ ਆ ਰਿਹਾ ਇੰਸੀਡੈਂਟ ਜਦੋਂ ਇੱਥੇ ਸ਼ੂਟ ਚੱਲ ਰਿਹਾ ਸੀ ਡੇ ਐਂਡ ਨਾਈਟ ਸਟੂਡੀਓ ਤੁਹਾਡਾ ਮੋਬਾਈਲ ਸ਼ਾਇਦ ਗਵਾਚ ਗਿਆ ਸੀ ਹਾਂਜੀ ਉਸ ਨਾਲ ਜੁੜਿਆ ਇੰਸੀਡੈਂਟ ਮੈਂ ਚਾਹਾਂਗਾ ਜੇ ਤੁਸੀਂ ਸ਼ੇਅਰ ਕਰਨਾ ਚਾਹੋ ਉਹ ਮੈਨੂੰ ਪਤਾ ਨਹੀਂ ਸੀਗਾ ਜੀ ਅਸੀਂ ਸ਼ੂਟਿੰਗ ਕਰਦੇ ਸੀ ਇੰਨੇ ਮਸਤ ਹੋ ਗਏ ਸੀਗੇ ਕਰਦੇ ਉਹ ਸੀਨ ਵੀ ਕਿਹੋ ਜਿਹਾ ਸੀਗਾ ਵਿੱਚ ਖੁੱਭ ਕੇ ਕਰਨ ਵਾਲਾ ਸੀਨ ਸੀਗਾ ਮੈਂ ਕਿਹੜੇ ਵੇਲੇ ਉੱਥੇ ਫੋਨ ਰੱਖਿਆ ਉਸ ਤੋਂ ਬਾਅਦ ਜਦੋਂ ਕੱਟ ਹੋਇਆ ਸਾਰੇ ਬੈਕਅਪ ਹੋਇਆ ਮੈਂ ਕਿਹਾ ਮੈਂ ਫੋਨ ਰੱਖਿਆ ਸੀ ਇੱਥੇ ਸੋ ਇੱਕ ਵਿੱਚ ਦੀ ਬੋਲੇ ਵੀ ਕਹਿੰਦਾ ਇੱਥੇ ਇੱਕ ਛੋਟਾ ਜਿਹਾ ਸੀ ਉਹ ਲੈ ਗਿਆ ਚੱਕ ਕੇ ਠੀਕ ਹੈ ਮਤਲਬ ਕਿ ਕਿਸੇ ਨੇ ਗੱਲ ਕੀਤੀ ਹਨਾ ਮੈਂ ਕਿਹਾ ਨਹੀਂ ਇਹ ਇਦਾਂ ਨਹੀਂ ਹੋ ਸਕਦਾ ਕਿਉਂਕਿ ਸਾਰਾ ਮੈਨੂੰ ਕੀ ਪਤਾ ਸੀਗਾ ਸਾਰਾ ਉਹਨਾਂ ਨੇ ਮੈਨੂੰ ਇੱਕ ਉਹ ਕਰਕੇ ਸੋ ਪਤਾ ਕੀਤਾ ਵੀ ਕੌਣ ਹੈ ਤੁਸੀਂ ਮੇਰੇ ਨਾਲ ਤੁਸੀਂ ਵੀ ਅੱਛਾ ਉਹ ਕੀਤਾ ਕਿ ਸਾਡੇ ਕੈਮਰੇ ਨਹੀਂ ਚੱਲ ਰਹੇ ਸਾਡਾ ਹੀ ਨਹੀਂ ਹੋ ਰਿਹਾ ਮੈਂ ਬੜਾ ਉਹ ਸੀ ਬਾਅਦ ਪਤਾ ਚੱਲਿਆ ਕਿ ਉਹ ਇੱਕ ਸ਼ਰਾਰਤ ਸੀ ਇੱਕ ਕਿਉਂਕਿ ਮਾਹੌਲ ਬੜਾ ਖੁਸ਼ਗਵਾਰ ਹੋ ਜਾਂਦਾ ਇਹੋ ਜਿਹੀਆਂ ਗੱਲਾਂ ਨਾਲ ਇੱਕ ਯਾਦਾਸ਼ਤ ਬਣ ਜਾਂਦੀ ਹੈ ਯਾਦਗਾਰ ਬਣ ਜਾਂਦੀ ਹੈ ਵੀ ਹਾਂਜੀ ਐਂ ਹੋਇਆ ਸੀ ਸੋ ਤੇ ਬੰਜੀ ਇਸ ਫਿਲਮ ਦੀ ਗੱਲ ਕਰੀਏ ਇਹਦੇ ਵਿੱਚ ਰਾਣਾ ਰਣਵੀਰ ਬਤੌਰ ਐਕਟਰ ਵੀ ਨੇ ਤੇ ਇਹਦੇ ਡਾਇਲੋਗ ਵੀ ਉਹਨਾਂ ਨੇ ਲਿਖੇ ਨੇ ਤੇ ਉਹਨਾਂ ਨੇ ਕਿਰਦਾਰਾਂ ਨੂੰ ਕਿੰਨੀ ਕੁ ਹੈਲਪ ਕੀਤੀ ਕਿਰਦਾਰ ਸਮਝਣ ਵਿੱਚ ਡਾਇਲੋਗ ਡਿਲੀਵਰੀ ਵਿੱਚ ਬਹੁਤ ਜ਼ਿਆਦਾ ਉਹ ਇੱਕ ਵਧੀਆ ਐਕਟਰ ਹੈ ਵਧੀਆ ਕਾਮੇਡੀਅਨ ਹੈ ਲੇਕਿਨ ਬਹੁਤ ਵਧੀਆ ਰਾਈਟਰ ਵੀ ਹੈ ਇਹਦੇ ਵਿੱਚ ਸ਼ਾਇਦ ਸਭ ਕੁਝ ਸਭ ਤੋਂ ਮੁਸ਼ਕਿਲ ਸੀ ਉਹਦੀ ਰਾਈਟਿੰਗ ਇਸ ਫਿਲਮ ਲਈ ਕਿਉਂਕਿ ਪਹਿਲੀਆਂ ਵੀ ਫਿਲਮਾਂ ਲਿਖੀਆਂ ਨੇ ਮੁੰਡੇ ਯੂ ਕਿਵੇਂ ਲਿਖੀ ਟੋਟਲੀ ਹਿਊਮਰ ਸੀ ਉਹ ਇੱਕ ਕੁੜੀ ਪੰਜਾਬ ਦੀ ਲਿਖੀ ਉਹਦੇ 'ਚ ਬੜੇ ਰੰਗ ਸੀਗੇ ਗੁਰਪ੍ਰੀਤ ਰਾਣਾ ਦਾ ਬੜਾ ਡਿਫਰੈਂਟ ਕੈਰੈਕਟਰ ਸੀ ਕਿੰਮੀ ਦਾ ਬੜਾ ਡਿਫਰੈਂਟ ਸੀਰੀਅਸ ਕੈਰੈਕਟਰ ਸੀ ਲਾਲੀ ਬਾਬਾ ਬਣਿਆ ਸੀ ਸੋ ਉਹਦੀ ਡਿਨਾਈ ਉਹਦੀ ਰਾਈਟਿੰਗ ਬਿਲਕੁਲ ਅਲੱਗ ਸੀ ਇਸ ਫਿਲਮ ਦੇ ਵਿੱਚ ਜੀ ਕਿਉਂਕਿ ਸਭ ਤੋਂ ਮੁਸ਼ਕਿਲ ਕੰਮ ਸੀ ਕਿ ਇੱਕ ਫਿਲਮ ਬਣਾ ਰਹੇ ਹਾਂ ਜਿਹਦੇ 'ਚ ਲੱਗਦਾ ਕਿ ਪਤਾ ਨਹੀਂ ਕਿੰਨਾ ਕ੍ਰਾਈਮ ਹੈ ਇੱਕ ਪੁਲਿਸ ਹੈ ਐਕਸ਼ਨ ਹੈ
ਇੰਨੇ ਸਾਰੇ ਕੈਰੇਕਟਰਸ ਨੇ ਤੇ ਉਹਨਾਂ ਸਾਰਿਆਂ ਨੂੰ ਸਾਰੇ ਕੈਰੇਕਟਰ ਨੂੰ ਡਿਫਰੈਂਟ ਡਿਫਰੈਂਟ ਰੰਗ ਦੇਣਾ ਸਹੀ ਤਰ੍ਹਾਂ ਲਿਖਣਾ ਮੇਰਾ ਖਿਆਲ ਇਹ ਬੜਾ ਮੁਸ਼ਕਿਲ ਕੰਮ ਸੀਗਾ ਰਾਣੇ ਲਈ ਔਰ ਜਿਵੇਂ ਅਸੀਂ ਹੁਣੇ ਗੱਲ ਕੀਤੀ ਹੈ ਕਿ ਗੁਰਪ੍ਰੀਤ ਉਹਨਾਂ ਦਾ ਕੈਰੇਕਟਰ ਸੀਗਾ ਕਿੰਨਾ ਡਿਫੀਕਲਟ ਸੀਗਾ ਕਿ ਉਹ ਕਿਤੇ ਹਿਊਮਰ ਵੀ ਦੇਣਾ ਹਿਊਮਰ ਕੱਢਣਾ ਹੈ ਲੇਕਿਨ ਉਹਦੇ ਸਟੇਟਸ ਨੂੰ ਬਰਕਰਾਰ ਰੱਖਣਾ ਇਸੇ ਤਰ੍ਹਾਂ ਗੁਰਲੀਨ ਦੀ ਗੱਲ ਕਰੀਏ ਇਹ ਟੀਵੀ ਐਂਕਰ ਹੈ ਇਹ ਟੀਵੀ ਐਂਕਰ ਦੀ ਸ਼ਬਦਾਵਲੀ ਯੂਜ਼ ਕਰਨਾ ਜਿਵੇਂ ਯੂਜ਼ ਕਰਦੇ ਆ ਸਹੀ ਠੇਠ ਜ਼ਬਾਨ ਬੋਲਣੀ ਔਰ ਬੜੀ ਫਲੂਐਂਸੀ ਨਾਲ ਬੋਲਣੀ ਮੈਂ ਕਿਹਾ ਇਹ ਰਾਈਟਿੰਗ ਵੀ ਉਨੀ ਇੰਪੋਰਟੈਂਟ ਸੀ ਔਰ ਜਿਹੜੀ ਉਹਨੇ ਜਿਸ ਤਰ੍ਹਾਂ ਡਾਇਲੋਗ ਡਿਲੀਵਰੀ ਕੀਤੀ ਉਹ ਵੀ ਉਨੀ ਇੰਪੋਰਟੈਂਟ ਕੀਤੀ ਗੁਰਲੀਨ ਤੁਹਾਨੂੰ ਜਦੋਂ ਕਿਰਦਾਰ ਤੁਹਾਡਾ ਸੁਣਾਇਆ ਗਿਆ ਕਿ ਇਹ ਤੁਸੀਂ ਕਿਰਦਾਰ ਕਰਨਾ ਕਿੰਨਾ ਖੌਫ ਕਿੰਨਾ ਡਰ ਸੀ ਤੁਹਾਡੇ ਜ਼ਿਹਨ ਚ ਬਹੁਤ ਜ਼ਿਆਦਾ ਡਰ ਸੀਗਾ ਜਦੋਂ ਮੈਂ ਮੈਨੂੰ ਮਾਨ ਜੀ ਨੇ ਸਕ੍ਰਿਪਟ ਦਿੱਤੀ ਤੇ ਮੈਂ ਘਰ ਆ ਕੇ ਜਦੋਂ ਪੜ੍ਹੀ ਤੇ ਮੈਂ ਕਿਹਾ ਇੱਕ ਤਾਂ ਮੇਰਾ ਮਾਨ ਜੀ ਨਾਲ ਪਹਿਲਾ ਪ੍ਰੋਜੈਕਟ ਲਾਈਫ ਦਾ ਮੇਰਾ ਡ੍ਰੀਮ ਪ੍ਰੋਜੈਕਟ ਉੱਪਰੋਂ ਇੰਨੇ ਔਖੇ ਔਖੇ ਡਾਇਲੋਗ ਮੈਨੂੰ ਲੱਗਿਆ ਕਿ ਪਿਆਰੇ ਪਿਆਰੇ ਡਾਇਲੋਗ ਹੋਣਗੇ ਮੁੰਡੇ ਨਾਲ ਸਵੀਟ ਸਵੀਟ ਜੇ ਔਰ ਪ੍ਰੈਸ ਰਿਪੋਰਟਰ ਦੇ ਉਹਦੇ ਨਾਲ ਉਹਦੀ ਐਂਟਰੀ ਹੋ ਰਹੀ ਹੈ ਮੈਂ ਰਾਣਾ ਜੀ ਨੂੰ ਕਿਹਾ ਮੈਂ ਕਿਹਾ ਰਾਣਾ ਜੀ ਡਾਇਲੋਗਸ ਕਿਹੋ ਜਿਹੇ ਲਿਖੇ ਯਾਰ ਤੁਸੀਂ ਇਹ ਤਾਂ ਮੈਨੂੰ ਪੜ੍ਹਨ ਦੇ ਲੱਗੇ ਸਮਝ ਨਹੀਂ ਆ ਰਹੇ ਤਾਂ ਮੈਂ ਬੋਲਣੇ ਕਿੱਦਾਂ ਉਹ ਕਹਿੰਦੇ ਆਹੀ ਤਾਂ ਗੱਲ ਹੈ ਗੁਰਲੀਨ ਫਿਰ ਮੈਂ ਉਹਨੂੰ ਇੰਨਾ ਰੋਜ਼ ਉਹਨੂੰ ਮੈਂ ਪੜ੍ਹਦੀ ਸੀਗੀ ਰੋਜ਼ ਉਹਨੂੰ ਮੈਂ ਯਾਦ ਕਰਨਾ ਔਰ ਮੇਰੀ ਆਦਤ ਸੀਗੀ ਕਿ ਮੈਂ ਵਨ ਟੇਕ ਓਕੇ ਕਰਾਂ ਬਿਕੋਜ਼ ਜੋ ਐਨਰਜੀ ਤੁਹਾਡੀ ਫਸਟ ਟੇਕ 'ਚ ਆਉਂਦੀ ਹੈ ਉਹ ਸੈਕਿੰਡ ਟੇਕ 'ਚ ਕਦੇ ਨਹੀਂ ਆਉਂਦੀ ਸੋ ਮੈਂ ਉਹਨੂੰ ਇੰਨਾ ਕੁ ਬਾਈ ਹਾਰਟ ਯਾਦ ਕੀਤਾ ਮਤਲਬ ਮੈਂ ਐਂਕਰ ਹੀ ਬਣ ਗਈ ਪ੍ਰੈਸ ਰਿਪੋਰਟਰ ਹੀ ਬਣ ਗਈ 40 ਦਿਨਾਂ ਲਈ ਬਾਬੇ ਮਾਨ ਦੀ ਝਲਕ ਮੈਨੂੰ ਉਹਦੇ ਚ ਨਜ਼ਰ ਆ ਰਹੀ ਸੀ ਗੁਰਦਾਸ ਮਾਨ ਹੋਣਾ ਦੀ ਇਹ ਜਿਹੜਾ ਫਿਰਕੀ ਦਾ ਕਿਰਦਾਰ ਹੈ ਕਿਸੇ ਸਪੋਰਟਸ ਪਰਸਨ ਤੋਂ ਕਿਸੇ ਪੁਲਿਸ ਵਾਲੇ ਤੋਂ ਕੋਈ ਇੰਸਪੀਰੇਸ਼ਨ ਹੈ ਕਿਸੇ ਤਰ੍ਹਾਂ ਦੀ ਮੈਂ ਇੰਸਪੀਰੇਸ਼ਨ ਭਾਜੀ ਕਦੇ ਕਿਸੇ ਇੱਕ ਸ਼ਖਸ ਤੋਂ ਨਹੀਂ ਲੈਂਦਾ ਹੁੰਦਾ ਜਿਹੜਾ ਦਿਲ ਆਪਣਾ ਪੰਜਾਬੀ ਸਾਡੀ ਫਿਲਮ ਆਈ ਸੀ ਜਿਹਦੇ 'ਚ ਮੈਂ ਮੁੰਡੀ ਸਾਹਿਬ ਬਣਿਆ ਸੀ ਸਿੰਗਰ ਨੂੰ ਪ੍ਰਮੋਟ ਕਰਦਾ ਲੰਡਨ ਲਿਜਾ ਕੇ ਤੇ ਜਾਂ ਫਿਰ ਬਾਅਦ 'ਚ ਮੁੰਡੇ UK ਦੇ ਆਈ ਦਿਲ ਆਪਣਾ ਪੰਜਾਬੀ ਵਰਗਾ ਹੀ ਕਰੈਕਟਰ ਸੀ ਪਰ ਤੋਂ ਡਿਫਰੈਂਟ ਪਲੇ ਕਰਨਾ ਸੀ ਕਿਤੇ ਉਹ ਨਾ ਲੱਗੇ ਮੁੰਡੀ ਸਾਹਿਬ ਨਾ ਲੱਗੇ ਸੋ ਭਾਜੀ ਮੈਂ ਨਾ ਜਦੋਂ ਕਰੈਕਟਰ ਮੇਰੇ ਸਾਹਮਣੇ ਆਉਂਦਾ ਉਹਦੇ ਨਾਲ ਜਿਹੜੇ ਜੁੜੇ ਲੋਕ ਨੇ ਮੇਰੇ ਮਾਇੰਡ 'ਚ ਘੁੰਮਣਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਉਸ ਕਰੈਕਟਰ ਨਾਲ ਰਿਲੇਟ ਦਿਲ ਆਪਣਾ ਪੰਜਾਬੀ 'ਚ ਮੈਂ 3-4 ਦੋਸਤਾਂ ਨੂੰ ਬਲੈਂਡ ਕੀਤਾ ਸੀ ਉਹਦੇ ਵਿੱਚ ਇਕੱਠੇ ਕਰਤੇ ਸੀ ਮੈਂ ਉਹਨਾਂ ਦੇ ਮੈਨੂੰ ਪਤਾ ਕਿ ਮੁੰਡਾ ਕੁਲਜੀਤ ਹੈ ਟੋਰਾਂਟੋ ਵਾਲਾ ਉਹਨੂੰ ਮੈਂ ਪਾਇਆ ਉਹਦੇ ਬੈਗ ਪਾਉਣ ਦਾ ਸਟਾਈਲ ਉਹਦੇ ਤੁਰਨ ਦਾ ਸਟਾਈਲ ਉਹਦਾ ਸੀ ਗੱਲ ਕਰਨ ਦਾ ਸਟਾਈਲ ਮੇਰਾ ਇੱਕ ਦੋਸਤ ਹੈ ਸੁਰਿੰਦਰ ਪੱਪੂ ਉੱਥੇ ਸਰੀ ਵਿੱਚ ਉਹਨੂੰ ਮੈਂ ਫੜਿਆ ਸੀ ਇੱਕ ਅਵਤਾਰ ਹੈ UK ਦਾ ਮੁੰਡਾ ਮੇਰਾ ਦੋਸਤ ਹੈ ਉਹ ਜਿਹੜੇ ਰਾੜੇ ਰਾਰੇ ਸੀ ਮੈਂ ਉਹਦੇ ਫੜੇ ਸੀ ਸੋ ਇਹ ਚੀਜ਼ਾਂ ਮੈਂ ਮਿਕਸ ਕਰਦਾ ਔਰ ਮੈਂ ਕੀ ਕਰਦਾ ਹੁੰਦਾ ਭਾਜੀ ਕਿ ਮੈਂ ਕਦੇ ਕਿਸੇ ਕਰੈਕਟਰ ਨੂੰ ਜਾਂ ਕਿਸੇ ਇੱਕ ਬੰਦੇ ਨੂੰ ਫੋਲੋ ਨਹੀਂ ਕਰਦਾ ਮੈਂ ਉਸ ਕਰੈਕਟਰ ਦੀ ਮੈਂਟੈਲਿਟੀ ਅਡੋਪਟ ਕਰ ਲੈਂਦਾ ਕਿ ਮੈਂ ਉਹਦੇ ਬਾਰੇ ਬੈਕਗ੍ਰਾਉਂਡ ਪੁੱਛ ਲੈਂਦਾ ਆਪਣੇ ਡਾਇਰੈਕਟਰ ਤੋਂ ਆਪਣੇ ਰਾਈਟਰ ਤੋਂ ਕਿ ਤੁਸੀਂ ਕੀ ਸੋਚਦੇ ਹੋ ਕਿੱਦਾਂ ਦਾ ਬੰਦਾ ਹੈ ਜਿਹੜੀ ਭਾਵੇਂ ਫਿਲਮ 'ਚ ਨਹੀਂ ਰਿਕੁਆਇਰਡ ਇਹ ਕਿੱਦਾਂ ਦੀ ਗੱਡੀ ਇਹਦੇ ਕੋਲ ਹੋਏਗੀ ਘਰ 'ਚ ਕਿੰਨਾ ਕੁ ਪੈਸਾ ਹੋਏਗਾ ਇਹਦੇ ਕੋਲ ਕਿੱਦਾਂ ਦੀ ਇਹਦੀ ਫੈਮਿਲੀ ਲਾਈਫ ਹੋਏਗੀ ਉਹ ਮੈਂ ਉਸ ਕਰੈਕਟਰ ਦੀ ਮੈਂਟੈਲਿਟੀ